ਸੇਫ ਮਿਲ ਜੂਗਾ ਤੇ ਲੱਗੂ ਆਪਣਾ ਵਧੀਆ ਹੋਟ ਕਲਾਈਮੇਟ ਦਾ ਵੀਰੇ ਜਿਹੜਾ ਚਾਰ ਪੰਜਾਬ ਚ ਲੱਗੂ ਹੋਣਾ ਇਹ ਫਾਰਮਨ 99 ਪੂਰੀ ਟੌਪ ਦੀ ਬ੍ਰੀਡ ਆ ਵੀਰੇ ਇਹਦਾ ਕੀ ਪ੍ਰਾਈਸ ਆ ਇਹ ਕਿੰਨੇ ਕ ਦਾ ਬੂਟਾ 350 ਦਾ ਵੀਰੇ ਆ ਗਿਆ ਬਦਾਮ ਛੋਟੇ ਨੂੰ ਕਹਿੰਦੇ 2 ਸਾਲਾਂ ਦੇ ਅੰਜੀਰ ਕਿੰਨੀ ਲੱਗੀ ਹੋਈ ਆ ਦੇਖੋ ਇਹ ਕਿਹੜੀ ਨਸਲ ਆ ਬਾਈ ਇਹ ਗੋਲਡਨ ਹੈ ਗੋਲਡਨ ਆ ਦੇਖ ਲਓ ਜੀ ਗੋਲਡਨ ਸੇਬ ਆ ਇਹਦਾ ਕੀ ਹਿਸਾਬ ਦਾ ਵਾ ਜਿਹੜਾ ਇਹ ਵਾਲਾ ਗੋਲਡਨ 200 ਦਾ ਹੈਗਾ ਹਾਂਜੀ ਜਿਹੜਾ ਇੱਕ ਇਹਦੇ ਵਿੱਚ ਵਧੀਆ ਵੈਰਾਈਟੀ HR ਹੈਗੀ ਉਹ ਮਿਲੂਗੀ ਆਪਾਂ ਨੂੰ ਇਹ ਕਿਹਾ ਲੱਗਿਆ ਚਕੋਤਰੇ ਇਹਦਾ ਕੀ ਹਿਸਾਬ ਦਾ ਵਾ ਇਹ 120 ਤੋਂ ਸਟਾਰਟਿੰਗ ਆ ਬੂਟੇ ਦੀ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹਨਾ ਜੀ ਮਰੇਲਕੋਟਲੇ ਗੋਲਡਨ ਨਰਸਰੀ ਅੱਜ ਉੱਥੋਂ ਦਿਖਾਉਂਦੇ ਆਪਾਂ ਵਧੀਆ ਵਧੀਆ ਬੂਟੇ ਜਿਹੜੇ ਪੰਜਾਬ 'ਚ ਬਦਾਮ ਸੇਬ ਅੰਜੀਰ ਬਾਕੀ ਫਲ ਬੂਟਿਆਂ ਵਾਲੇ ਸਾਰੇ ਰੇਟ ਵੀ ਬਾਈ ਉਹਨਾਂ ਦੇ ਸਹੀ ਨੇ ਇਹ ਕਾਫੀ ਫੇਮਸ ਆ ਗੋਲਡਨ ਨਰਸਰੀ ਅਤੇ ਬਾਈ ਤੋਂ ਰੇਟ ਪੁੱਛਦੇ ਨਾਲ ਤੈਨੂੰ ਦਿਖਾਉਂਦੇ ਬੂਟੇ ਵੀਡੀਓ ਨਾਲ ਬਣੇ ਰਹੋ ਆ ਜਾਓ ਹੁਣ ਦਿਖਾਉਂਦੇ ਹਾਂ ਆਪਾਂ ਆ ਦੇਖੋ ਇਹ ਨਰਸਰੀ ਆ ਸਾਰੀ ਤੁਹਾਨੂੰ ਲੈ ਕੇ ਚੱਲਦੇ ਅੰਦਰ ਬਾਈ ਨਾਲ ਮਿਲਾਉਂਦੇ ਹਾਂ ਤੁਹਾਨੂੰ ਅਤੇ ਪੁੱਛਦੇ ਹਾਂ ਕੀ ਹਿਸਾਬ ਕਿਤਾਬ ਆ ਹਾਂਜੀ ਵੀਰੇ ਕੀ ਹਾਲ ਆ ਜੀ ਠੀਕ ਠਾਕ ਹੋ ਵਧੀਆ ਵਧੀਆ ਆਪਣੇ ਕੋਲ ਕਿਹੜੇ ਕਿਹੜੇ ਹੁੰਦੇ ਆ ਬੂਟੇ ਫਰੂਟ ਵਾਲੇ ਸਾਰੇ ਹੁੰਦੇ ਆ ਵੀ ਜੀ ਫਰੂਟ ਵਾਲੇ ਸਾਰੇ ਹੋਣਗੇ ਸਾਰੇ ਫਰੂਟ ਵਾਲੇ ਹੁੰਦੇ ਜਿੱਦਾਂ ਆਪਣੇ ਹੋ ਗਿਆ ਵੈਰਾਈਟੀ ਦੇ ਵਿੱਚ ਫਰੂਟ ਸੇਬ ਹੋ ਗਿਆ ਜਿਵੇਂ ਪੰਜਾਬ ਦੇ ਹਾਂਜੀ ਹਾਂਜੀ ਸੇਬ ਕਿਹੜੀ ਨਜ਼ਰ ਆ ਸੇਬ ਸਾਰ ਚਾਰ ਦੀਆਂ ਚਾਰੇ ਮਿਲ ਜਾਣੀਆਂ ਵੀਰੇ ਜਿਵੇਂ ਗੋਲਡਨ ਹੋ ਗਈ HR ਹੋ ਗਈ ਅੰਨਾ ਹੋ ਗਈ ਕੁੱਲੂ ਡੋਰ ਸੈਟ ਹੋ ਗਈ ਸਾਰੀ ਮਿਲ ਜਾਣੀਆਂ ਬਦਾਮ ਵੀ ਮਿਲ ਜਾਏਗਾ ਵੀਰੇ ਕਾਗਜ਼ੀ ਬਦਾਮ ਹੋ ਗਿਆ ਅੱਛਾ ਅੱਛਾ ਮੜੇ ਦਿਖਾ ਦੋਗੇ ਬੂਟੇ ਤੁਹਾਨੂੰ ਹਾਂ ਹਾਂ ਵੀਰੇ ਆਹ ਪਏ ਨੇ ਇੱਧਰ ਹੀ ਜਿਹੜੇ ਕਹਿੰਦੇ ਬੰਦੇ ਕਹਿੰਦੇ ਪੰਜਾਬ ਦੇ ਰੇੜੀ ਕੀ ਪਏ ਨੇ ਆਹ ਦੇਖੋ ਜੀ ਆਹ ਦੇਖੋ ਆਹ ਬਦਾਮ ਦਾ ਬੂਟਾ ਵੀਰੇ ਇਹ ਬਦਾਮ ਦਾ ਬੂਟਾ ਵਾ ਇਹ ਬਦਾਮ ਦਾ ਇਹ ਆਹ ਆਲੂ ਬਖਾਰੇ ਦਾ ਬੂਟਾ ਵੀਰੇ ਕਿੰਨੇ ਕਿੰਨੇ ਦਾ ਇਹ ਬਦਾਮ ਦਾ ਬੂਟਾ ਜਿਹੜਾ ਇਹ ਸਾਈਜ਼ ਦੇ ਹਿਸਾਬ ਨਾਲ ਆ ਵੀਰੇ ਜਿਵੇਂ ਛੋਟੇ ਬੂਟੇ ਨੇ 150 ਤੋਂ ਸਟਾਰਟਿੰਗ ਹੈ ਜੀ ਬਦਾਮ ਦਾ ਹਾਂਜੀ ਲੱਗੂ ਆਪਣੇ ਪੰਜਾਬ ਚ ਕਿੰਨੇ ਸਾਲ ਫਲ ਦੇਣ ਲੱਗ ਜਾਂਦਾ ਇਹ 2 ਤੋਂ 3 ਸਾਲ ਲੈ ਜਾਂਦਾ ਆ ਇਹ ਖਰਮਾਨੀ ਦਾ ਬੂਟਾ ਵੀਰੇ ਐਪਰੀਕੋਟ ਆ ਵਾਲੀ ਜਿਹੜੀ ਓਕੇ ਵੀਰੇ ਇਹ ਵੀ ਮਿਲ ਜੂ ਠੀਕ ਤੇ ਸੇਬ ਹੈ ਜੀ ਮਿਲ ਜੂ ਵੀਰੇ ਲੀਚੀ ਆ ਲੀਚੀ ਅੱਛਾ ਆ ਵਾਲਾ ਸੇਬ ਦਾ ਬੂਟਾ ਵੀਰੇ ਸੇਬ ਮਿਲ ਜੂਗਾ ਤੇ ਲੱਗੂ ਆਪਣਾ ਵਧੀਆ ਹੋਟ ਕਲਾਈਮੇਟ ਦਾ ਵੀਰੇ ਜਿਹੜਾ HR ਪੰਜਾਬ ਚ ਲੱਗੂ ਹੋਣਾ ਇਹ ਫਾਰਮਨ 99 ਪੂਰੀ ਟੌਪ ਦੀ ਬ੍ਰੀਡ ਆ ਵੀਰੇ ਇਹਦਾ ਕੀ ਪ੍ਰਾਈਸ ਆ ਇਹ ਕਿੰਨੇ ਦਾ ਬੂਟਾ 350 ਦਾ ਵੀਰੇ ਠੀਕ ਆ ਤੇ ਆ ਉਹ ਦੂਸਰਾ ਗੋਲਡਨ ਹੈ 150 ਦਾ ਵੀਰੇ ਅਲੱਗ ਅਲੱਗ ਲੀਚੀ ਦਾ ਲੀਚੀ ਮਿਲ ਜੂ ਵੀਰੇ ਆ ਲੀਚੀ ਪਈ ਹੈ ਇਹਦਾ ਕੀ ਸਕਦਾ ਵਾ ਲੀਚੀ ਵੀਰੇ ਸਾਈਜ਼ ਦੇ ਹਿਸਾਬ ਨਾਲ ਛੋਟਾ ਬੂਟਾ 150 ਤੋਂ ਸਟਾਰਟਿੰਗ ਹੋ ਜਾਂਦੀ ਹੈ ਓਕੇ ਬਾਕੀ ਫਲ ਬੂਟੇ ਤੁਹਾਡੇ ਕੋਲ ਸਾਰੇ ਹੁੰਦੇ ਨੇ ਹਾਂਜੀ ਸਾਰੇ ਫਰੂਟ ਵਾਲੇ ਹੁੰਦੇ ਨੇ ਅੰਬ ਮਿਲ ਜੂਗਾ ਵੀਰੇ ਅੰਬ ਦੀ ਸਾਰੀ ਵੈਰਾਈਟੀ ਆ ਅੰਬ ਦੀ ਸਾਰੀ ਵੈਰਾਈਟੀ ਸੰਤਰਾ ਮਸੰਮੀ ਮਾਲਟਾ ਸਾਰੇ ਮਿਲ ਜਾਣਗੇ ਵੀਰੇ ਜਿਹਨੂੰ ਮੱਖਣ ਫਰੂਟ ਕਹਿੰਦੇ ਨੇ ਇਹ ਮੱਖਣ ਫਰੂਟ ਠੀਕ ਆ ਐਸ਼ ਵੈਰਾਈਟੀ ਦਾ ਵੀਰੇ ਕੀ ਤੁਸੀਂ ਦੇਖ ਲਓ ਲੱਗੇ ਹੋਏ ਨੇ ਗਮਲੇ ਵੀ ਲੈ ਲਓ ਭਾਈ ਉਹਨਾਂ ਕੋਲ ਗਮਲੇ ਵੀ ਮਿਲ ਜਾਣਗੇ ਤੁਹਾਨੂੰ ਕੀ ਹਿਸਾਬ ਕਿਤਾਬ ਆ ਦੇਖ ਲਓ ਫੁੱਲਾਂ ਫਲਾਂ ਵਾਲੇ ਬੂਟੇ ਇਹ ਅੰਬ ਦੇ ਵੱਡੇ ਓਕੇ ਕਹਿੰਦਾ ਕਹਦੇ ਇਹ 12 ਮਾਸੀ ਅੰਬ ਹੈ 12 ਮਾਸੀ ਅੰਬ ਸਾਰੀ ਹਾਂਜੀ 12 ਮਹੀਨੇ 30 ਦਿਨ ਲੱਗੇ ਜਾਂਦੇ ਅੱਛਾ 12 ਮਹੀਨੇ 30 ਦਿਨ ਸਰਦੀਆਂ ਵੀ ਲੱਗਣਗੇ ਹਾਂਜੀ ਓਕੇ ਕਿਹੜੀ ਨਸਲ ਹੈ ਇਹ ਬਾਹਰ ਚ ਸੰਦੂਰੀ ਅੰਬ ਪਿਆ ਹੈਗਾ ਸੰਦੂਰੀ ਅੰਬ ਹਾਂ ਤੇ ਅਮਰਪਾਲੀ ਆਹ 12 ਮਾਸੀ ਥਾਈਮਿੰਗ ਹੋਣੀ ਓਕੇ ਓਕੇ ਵੀਰੇ
ਤੇ ਕਿੰਨੂ ਲੈ ਲਿਓ, ਕਿੰਨੂ ਮਿਲ ਜੂ। ਬਾਕੀ ਆ ਡੈਕੋਰੇਸ਼ਨ ਵਾਲੇ ਜਿਹੜੇ ਮਰਜ਼ੀ ਬੂਟੇ ਲੈ ਲਿਆ, ਦੇਖੋ ਕਿਵੇਂ ਆ ਪਿਉਂ ਦੂ ਵੇਰੀ ਹੋ ਗਈ। ਕੋਈ ਇੱਦਾਂ ਦਾ ਬੂਟਾ ਨਹੀਂ ਹੈਗਾ ਜਿਹੜਾ ਨਾ ਆਵੇ ਫਲਾਂ ਵਾਲਾ, ਸਾਰੀਆਂ ਬਰੀਟਾਂ ਹੈਗੀਆਂ ਬਾਈ ਉਹਨਾਂ ਕੋਲ ਅੱਡ ਅੱਡ, ਹਰੇਕ ਬੂਟੇ ਦੇ ਵਿੱਚ ਹਰੇਕ ਨਸਲ ਮਿਲ ਜੂ ਤੁਹਾਨੂੰ। ਆਹ ਬਈ ਅੰਜੀਰ, ਇਹ ਕਿੰਨੇ ਦਾ ਬੂਟਾ ਅੰਜੀਰ ਦਾ? ਇਹ ਪਊਗਾ ਆਹ 200 ਰੁਪਏ ਦਾ ਪਊਗਾ, ਆਹ ਵੱਡਾ ਬੂਟਾ ਅੰਜੀਰ ਦਾ, ਵੱਡਾ ਬੂਟਾ 200 ਦਾ ਪਊਗਾ। ਹਾਂਜੀ, ਤੁਹਾਨੂੰ ਅੰਜੀਰ ਲੱਗੇ ਵੀ ਦਿਖਾਉਂਦੇ ਹਾਂ ਬਾਈ, ਅੰਜੀਰ ਲੱਗੇ ਉਹਨੇ ਫਲ ਆਇਆ ਹੋਇਆ ਬਾਈ, ਕਿੰਨੇ ਸਾਲ ਫਲ ਆਉਣਾ ਜਾਂਦਾ? ਇਹ ਛੋਟੇ ਨੂੰ ਲੱਗਣ ਲੱਗ ਜਾਂਦੀ ਹੈ। ਆਹ ਦੇਖੋ ਜੀ ਅੰਜੀਰ ਲੱਗੀ ਹੋਈ ਹੈ, ਛੋਟੇ ਨੂੰ ਕਹਿੰਦੇ 2 ਸਾਲਾਂ ਦੇ ਨੂੰ। ਹਾਂਜੀ, ਆਹ ਦੇਖ ਲਓ ਅੰਜੀਰ ਕਿੰਨੀ ਲੱਗੀ ਹੋਈ ਹੈ ਦੇਖੋ। ਇਹ ਕਿਹੜੀ ਨਸਲ ਹੈ ਬਾਈ? ਇਹ ਗੋਲਡਨ ਹੈ। ਗੋਲਡਨ ਨਸਲ ਹੈ? ਜੀ ਗੋਲਡਨ ਅੰਜੀਰ। ਕਿੰਨੇ ਦਾ ਬੂਟਾ ਸ਼ੁਰੂ ਹੁੰਦਾ ਇਹ? ਆਪਾਂ ਆਪਣੇ ਲਵੇ 100 ਰੁਪਏ ਤੋਂ ਬੂਟਾ ਸਟਾਰਟ ਹੋ ਜਾਂਦਾ। ਓਕੇ, ਇਹਦੇ ਨਾਲ ਇਹਦੇ ਨਾਲ ਦਾ? ਹਾਂਜੀ ਠੀਕ ਹੈ। ਆਹ ਦੇਖ ਲਓ ਜੀ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਨੇ ਅੰਜੀਰ ਦਾ, ਦੇਖੋ ਆਹ ਦੇਖ ਲਓ ਗੁੱਛਿਆਂ ਦੇ ਗੁੱਛੇ ਅੰਜੀਰ ਦੇ ਲੱਗੇ, ਫਲ ਬਹੁਤ ਆਇਆ ਹੋਇਆ ਵਾ। ਕਿੰਨੂ ਹੈ ਇਹ? ਕਿੰਨੂ ਹੈ? ਗੰਗਾ ਨਗਰ ਵਾਲਾ। ਠੀਕ ਹੈ, ਇਹਦਾ ਕੀ ਹਿਸਾਬ ਕਿਤਾਬ ਵਾ? ਗੰਗਾ ਨਗਰ ਵਾਲਾ 250 ਦਾ ਬੂਟਾ ਹੈ? ਵੱਡਾ ਬੂਟਾ 150 ਤੋਂ ਸਟਾਰਟਿੰਗ ਹੋ ਜਾਂਦੀ ਹੈ। 150 ਤੋਂ ਸਟਾਰਟਿੰਗ ਹੋ ਜਾਂਦੀ ਹੈ। ਓਕੇ, ਦੇਖੋ ਜੀ ਆਹ ਲੱਗਿਆ ਚਕੋਤਰੇ, ਇਹਦਾ ਕੀ ਹਿਸਾਬ ਕਿਤਾਬ ਵਾ? ਇਹ 120 ਤੋਂ ਸਟਾਰਟਿੰਗ ਹੈ ਬੂਟੇ ਦੀ। ਅੱਛਾ, ਇਹ ਦੇਖਿਆ ਬਹੁਤ ਘੱਟ ਹੈ ਯਾਰ, ਬੱਚੇ ਤਾਂ ਬੰਦੇ ਨੂੰ ਪਤਾ ਹੀ ਨਹੀਂ ਉਹਨਾਂ ਦੇ ਬਾਰੇ। ਆਹ ਦੇਖ ਲਓ ਚਕੋਤਰੇ ਕਿੱਡੇ ਕਿੱਡੇ ਲੱਗੇ ਹੋਏ। ਆਹ ਦੇਖ ਲਓ ਜੀ ਗੋਲਡਨ ਸੇਬ ਆ, ਇਹਦਾ ਕੀ ਹਿਸਾਬ ਕਿਤਾਬ ਵਾ? ਜਿਹੜਾ ਇਹ ਵਾਲਾ ਗੋਲਡਨ 200 ਦਾ ਹੈਗਾ। ਹਾਂਜੀ, ਜਿਹੜਾ ਇੱਕ ਇਹਦੇ ਵਿੱਚ ਵਧੀਆ ਵੈਰਾਇਟੀ HR ਹੈਗੀ ਉਹ ਮਿਲੂਗੀ ਆਪਾਂ ਨੂੰ ਇਹ 350 ਦਾ ਬੂਟਾ। ਓਕੇ, ਉਹ 350 ਦਾ, ਠੀਕ ਆ ਵੀਰੇ। ਅਤੇ ਅੱਗੇ ਅੱਗੇ ਆ ਗਿਆ ਆਪਣੇ ਲੀਚੀ। ਲੀਚੀ ਆ ਗਈ? ਹਾਂਜੀ, ਲੀਚੀ ਮੁਰੇ ਦਿਖਾ ਦਿਓ, ਇਹਦਾ ਕੀ? ਇਹ ਵੱਡੀ ਲੀਚੀ 350, ਛੋਟੀ 250 ਦੀ ਮਿਲੇ। ਠੀਕ ਆ ਵੀਰੇ। ਹੋਰ ਬੱਬੂ ਬੋਸ਼ਾ ਮੀ ਜੀ, ਬੱਬੂ ਬੋਸ਼ਾ ਕਿੱਥੇ ਨੇ? ਆਹ ਤੁਹਾਨੂੰ ਬੱਬੂ ਬੋਸ਼ਾ, ਆਹ ਤੁਹਾਨੂੰ ਬੱਬੂ ਬੋਸ਼ਾ ਮਿਲ ਜਾਣਗੇ। ਆਹ ਹੈਗਾ ਬੱਬੂ ਬੋਸ਼ਾ, ਇਹਦਾ ਕੀ ਹਿਸਾਬ ਕਿਤਾਬ ਆ? ਇਹ 200 ਰੁਪਏ ਦਾ ਮਿਲੂਗਾ। 200 ਰੁਪਏ ਦਾ ਬੂਟਾ? ਠੀਕ ਆ ਵੀਰੇ। ਅਤੇ ਆਹ ਚਾਈਨਾ ਅਮਰੂਦ ਆ ਵੀ? ਇਹ ਚਾਈਨਾ ਅਮਰੂਦ ਹੈ ਵੀਰੇ। ਠੀਕ ਹੈ, ਇਹਦਾ ਇਹ 100 ਰੁਪਏ ਦਾ ਬੂਟਾ। ਓਕੇ ਓਕੇ ਵੀਰੇ, ਨਾਲ ਦੀ ਨਾਲ ਰੇਟ ਆਪਾਂ ਦੱਸ ਦਈਏ ਫਿਰ ਅਗਲੇ ਨੂੰ ਪਤਾ ਲੱਗ ਜਾਂਦਾ ਨਾ। ਬਾਕੀ ਆਹ ਵੀ ਲੀਚੀ ਆ ਗਈ ਹੈ ਨਾ, ਨਸਲਾਂ ਵੱਡੇ ਬੂਟਾ। ਓਕੇ, ਨਸਲਾਂ ਵੀ ਵੱਖਰੇ ਵੱਖਰੇ ਹੋਣਗੀਆਂ ਨਾ? ਹਾਂਜੀ ਠੀਕ ਆ ਵੀਰੇ। ਆਹ ਪਿਆ ਅਮਰਪਾਲੀ ਅੰਬ। ਅੰਬਰਪਾਲੀ ਅੰਬ? ਅਮਰਪਾਲੀ, ਅਮਰਪਾਲੀ। ਇਹਦਾ 150 ਰੁਪਏ ਦਾ ਹੈਗਾ, 150 ਦਾ ਬੂਟਾ। ਓਕੇ, ਇਹ ਆੜੂ ਆ ਗਿਆ ਆਪਣਾ, ਆੜੂ ਦਾ। ਹਾਂ, ਇਹ ਵੀ 150 ਦਾ ਮਿਲੂ ਵੀਰੇ। ਠੀਕ, ਜਿਹਦਾ ਆਹ ਖਰਮਾਨੀ ਹੈਗੀ। ਖਰਮਾਨੀ ਹੈ? ਖਰਮਾਨੀ ਹੈ ਜੀ। ਓਕੇ ਓਕੇ, ਇਹ ਆਪਾਂ ਨੂੰ ਪਊਗੀ 350 ਦਾ ਵੱਡਾ ਬੂਟਾ। ਠੀਕ ਆ ਵੀਰੇ। ਹੋਰ ਅੱਗੇ ਐਪਲ, ਅੱਛਾ ਐਪਲ ਬੇਰੀ, ਇਹ 150 ਤੋਂ ਸਟਾਰਟਿੰਗ ਹੋ ਜਾਂਦੀ ਹੈ। ਇਹ ਵੱਡੀ ਹੁੰਦੀ ਆ? ਵੱਡੀ ਹੁੰਦੀ ਆ। ਅੱਛਾ, ਐਪਲ ਬੇਰੀਆਂ। ਹਾਂਜੀ, ਆਹ ਆਲੂ ਬੁਖਾਰਾ ਆ ਗਿਆ, ਆਲੂ ਬੁਖਾਰਾ ਹੋ ਗਿਆ। ਇਹ 150 ਤੋਂ ਸਟਾਰਟਿੰਗ ਆਪਣਾ, 150 ਤੋਂ ਮਿਲੂ ਟਾਈਮ ਲੱਗਦਾ। ਠੀਕ ਆ ਵੀਰੇ। ਤੇ ਹੋਰ ਆ ਗਿਆ ਬਦਾਮ, ਆ ਗਏ ਬਦਾਮ ਦੇ ਬੂਟੇ। ਇਹ ਪੰਜਾਬ 'ਚ ਕਾਮਯਾਬ ਆ? ਕਾਮਯਾਬ ਹੈ, ਕਾਗਜ਼ੀ ਬਦਾਮ ਹੈ। ਕਾਗਜ਼ੀ ਬਦਾਮ ਕਿੰਨੇ ਸਾਲ ਲੱਗਣ ਲੱਗ ਜਾਂਦਾ ਇਹ? 1.5 ਸਾਲ ਦੇ ਵਿੱਚ ਫਰੂਟ ਦੇਣ ਲੱਗ। 1.5 ਸਾਲ ਦੇ ਵਿੱਚ? 1.5 ਸਾਲ ਦੇ ਵਿੱਚ ਵਿੱਚ। ਓਕੇ, ਇਹ ਪੰਜਾਬ ਦੇ ਵਿੱਚ ਆਪਣਾ ਹੈਗਾ ਕਾਮਯਾਬ ਆ ਇਹ? ਕਿਹੜੀ ਬਰੀਡ ਆ ਇਹ? ਇਹ ਕਾਗਜ਼ੀ ਬਦਾਮ, ਸੋਰੀ ਕਾਗਜ਼ੀ ਬਦਾਮ ਆ ਜੀ। ਅਤੇ ਹੋਰ ਆਹ ਅਮਰੂਦ ਆ ਗਿਆ, ਇਲਾਹਾਬਾਦੀ। ਇਲਾਹਾਬਾਦੀ ਅਮਰੂਦ ਆ ਗਏ, ਬਹੁਤ ਵਧੀਆ। ਇਹ ਕੀ ਹਿਸਾਬ ਕਿਤਾਬ ਆ? ਇਹ ਆਪਾਂ ਨੂੰ 150 ਦਾ ਬੂਟਾ ਮਿਲੂ। 1.5